ਖੁੱਲ੍ਹ ਗਿਆ ਸਭ ਤੋਂ ਵੱਡੇ ਕਤਲ ਦਾ ਰਾਜ਼। 50 ਲੱਖ ਡਾਲਰ ਦੇ ਬੰਗਲੇ ਵਿੱਚ ਮਿਲੀਆਂ ਸੀ ਲਾਸ਼ਾਂ। ਆਖਰ ਕਿਸਨੇ ਦਿੱਤੀ ਸੀ ਇਸ ਪਰਿਵਾਰ ਨੂੰ ਮੌਤ? 28 ਦਸੰਬਰ ਨੂੰ ਅਮਰੀਕਾ ਤੋਂ ਆਈ ਇੱਕ ਖ਼ਬਰ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਅਮੀਰ ਭਾਰਤੀ ਪਰਿਵਾਰ ਦੀਆਂ ਲਾਸ਼ਾਂ ਮੈਸਾਚੂਸੈਟਸ ਦੇ ਏਰੀਆਨਾ ਦੇ ਡੋਵਰ ਸਥਿਤ ਉਹਨਾਂ ਦੇ 50 ਲੱਖ ਡਾਲਰ ਦੇ ਆਲੀਸ਼ਾਨ ਘਰ ਵਿੱਚ ਪਈਆਂ ਮਿਲੀਆਂ। ਇਹ ਘਰ ਸੂਬੇ ਦੇ ਸਭ ਤੋਂ ਪਾਸ਼ ਏਰੀਏ ਵਿੱਚ ਸਥਿਤ ਸੀ। ਮ੍ਰਿਤਕਾਂ ਵਿੱਚ 57 ਸਾਲਾ ਰਾਕੇਸ਼ ਕਮਲ, 54 ਸਾਲਾ ਪਤਨੀ ਟੀਨਾ ਕਮਲ ਤੇ 18 ਸਾਲਾ ਬੇਟੀ ਏਰੀਆਨਾ ਕਮਲ ਸ਼ਾਮਲ ਸੀ। ਹੁਣ ਸਨਸਨੀ ਖੇਜ਼ ਕਤਲ ਮਾਮਲੇ ਵਿੱਚ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਕੇਸ਼ ਕਮਲ ਨੇ ਘਰੇਲੂ ਹਿੰਸਾ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸਨੇ ਪਹਿਲਾਂ ਪਤਨੀ ਫਿਰ ਧੀ ਨੂੰ ਗੋਲੀ ਮਾਰੀ ਅਤੇ ਅਖੀਰ 'ਚ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰ ਹੈਰਾਨਗੀ ਹੁੰਦੀ ਹੈ ਕਿ ਅੱਤ ਦੇ ਅਮੀਰ ਇਸ ਪਰਿਵਾਰ ਨੇ ਆਖਰ ਮੌਤ ਦਾ ਰਾਹ ਕਿਉਂ ਚੁਣ ਲਿਆ? ਆਖਰ ਕਿਉਂ ਇੱਕ ਹੱਸਦਾ ਖੇਡਦਾ ਪਰਿਵਾਰ ਮੌਤ ਦੇ ਰਾਹ ਤੁਰ ਪਿਆ? ਭਾਰਤੀ ਪਰਿਵਾਰ ਦੇ ਕਤਲ ਮਾਮਲੇ 'ਚ ਹੁਣ ਤੱਕ ਕੀ ਹੋਏ ਖੁਲਾਸੇ? ਅਧਿਕਾਰੀਆਂ ਨੇ ਇਸ ਹਾਈਫਾਈ ਕਤਲਕਾਂਡ ਨੂੰ ਘਰੇਲੂ ਹਿੰਸਾ ਕਰਾਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਕੇਸ਼ ਕਮਲ ਨੇ ਪਤਨੀ ਤੇ ਬੇਟੀ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਰਾਕੇਸ਼ ਦੇ ਕੋਲ ਪਈ ਗਨ ਵੀ ਬਰਾਮਦ ਕਰ ਲਈ ਹੈ। ਰਾਕੇਸ਼ ਨੇ 40 ਕੈਲੀਬਰ ਦੀ ਗਲੌਕ 22 ਗਨ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਕੇਸ਼ ਦੀ ਲਾਸ਼ ਕੋਲ ਪਈ ਬੰਦੂਕ ਨੂੰ ਫੋਰੈਂਸਿਕ ਅਤੇ ਬੈਲਿਸਟਿਕ ਜਾਂਚ ਲਈ ਭੇਜ ਦਿੱਤਾ ਗਿਆ। ਇਹ ਗਨ ਰਾਕੇਸ਼ ਦੇ ਨਾਂ ਉੱਤੇ ਰਜਿਸਟਰਡ ਨਹੀਂ ਸੀ। ਉਸਨੇ ਇਹ ਗਨ ਕਿੱਥੋਂ ਤੇ ਕਿਵੇਂ ਲਈ ਇਸ ਦੀ ਵੀ ਜਾਂਚ ਹੋਵੇਗੀ। ਇਸ ਘਟਨਾ ਦਾ ਪਤਾ 28 ਦਸੰਬਰ ਨੂੰ ਉਸ ਸਮੇਂ ਲੱਗਾ ਜਦੋਂ ਪਰਿਵਾਰ ਨੂੰ ਜਾਣਨ ਵਾਲਾ ਕੋਈ ਵਿਅਕਤੀ ਇਹਨਾਂ ਦਾ ਹਾਲ ਚਾਲ ਜਾਣਨ ਲਈ ਇਹਨਾਂ ਦੇ ਘਰ ਪਹੁੰਚਿਆ। ਜਦੋਂ ਰਾਕੇਸ਼ ਦੇ ਪਰਿਵਾਰ ਵੱਲੋਂ ਦਰਵਾਜ਼ਾ ਨਾ ਖੋਲ੍ਹਿਆ ਗਿਆ ਤਾਂ ਉਸ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਘਰ ਅੰਦਰ ਦਾਖਲ ਹੋਈ ਤਾਂ ਖੂਬਸੂਰਤ ਤਰੀਕੇ ਨਾਲ ਸਜਾਏ ਗਏ ਇਸ ਘਰ ਵਿੱਚ 3 ਲਾਸ਼ਾਂ ਮੌਜੂਦ ਸਨ। ਆਲੀਸ਼ਾਨ ਘਰਾਂ ਵਿੱਚੋਂ ਰਾਕੇਸ਼ ਕਮਲ ਦਾ ਸੀ ਇੱਕ ਘਰ। ਰਾਕੇਸ਼ ਕਮਲ ਤੇ ਉਸਦੀ ਪਤਨੀ ਟੀਨਾ ਦਾ ਨਾਂ ਅਰਬਪਤੀਆਂ ਵਿੱਚ ਸ਼ਾਮਲ ਸੀ। ਰਾਕੇਸ਼ ਤੇ ਟੀਨਾ ਐਡੂਨੋਵਾ ਨਾਂ ਦੀ ਸਿੱਖਿਆ ਖੇਤਰ ਨਾਲ ਜੁੜੀ ਇੱਕ ਕੰਪਨੀ ਚਲਾਉਂਦੇ ਸਨ ਜੋ ਬਾਅਦ ਵਿੱਚ ਬੰਦ ਹੋ ਗਈ। 2016 ਵਿੱਚ ਉਹਨਾਂ ਨੇ ਐਡੂਨੋਵਾ ਕੰਪਨੀ ਖੋਲ੍ਹੀ ਸੀ। ਦਸੰਬਰ 2021 ਵਿੱਚ ਉਹਨਾਂ ਦੀ ਕੰਪਨੀ ਘਾਟੇ ਦੇ ਚੱਲਦੇ ਬੰਦ ਹੋ ਗਈ। ਜਿਸ ਬੰਗਲੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਉਹ ਸੂਬੇ ਦੇ ਪਾਸ਼ ਇਲਾਕਿਆਂ ਵਿੱਚੋਂ ਇੱਕ ਸੀ। 50 ਲੱਖ ਡਾਲਰ ਦੇ ਇਸ ਆਲੀਸ਼ਾਨ ਬੰਗਲੇ ਵਿੱਚ 11 ਕਮਰੇ ਸਨ ਤੇ 14 ਬਾਥਰੂਮ ਸਨ। ਇਹ ਘਰ 1900 ਸਕੁਏਅਰ ਫੁੱਟ ਵਿੱਚ ਫੈਲਿਆ ਹੋਇਆ ਹੈ। ਮੌਤ ਵਾਲੇ ਦਿਨ ਇਸ ਘਰ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਕਰਨਾਲ ਦੇ ਰਹਿਣ ਵਾਲੇ ਰਾਕੇਸ਼ ਕਮਲ ਨੇ MIT ਸੋਲਨ ਸਕੂਲ ਆਫ ਮੈਨੇਜਮੈਂਟ ਤੋਂ ਪੜ੍ਹਾਈ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਬੋਸਟਨ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਐਡੂਨੋਵਾ ਕੰਪਨੀ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਅਹੁਦਿਆਂ ਉੱਤੇ ਕੰਮ ਕੀਤਾ। ਏਰੀਆਨਾ ਮੈਸਾਚੂਸੈਟਸ ਦੇ ਸਭ ਤੋਂ ਮਹਿੰਗੇ ਸਕੂਲਾਂ ਵਿੱਚ ਇੱਕ ਮਿਲਟਨ ਅਕੈਡਮੀ ਵਿੱਚ ਪੜ੍ਹਾਈ ਕਰਦੀ ਸੀ, ਜਿਸ ਤੋਂ ਬਾਅਦ ਵਰਮਾਂਟ ਦੇ ਮਿਡਲਬਰੀ ਕਾਲਜ ਵਿੱਚ ਇਸ ਸਮੇਂ ਨਿਊਰੋਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਆਰਥਿਕ ਸੰਕਟ ਨਾਲ ਜੂਝ ਰਿਹਾ ਸੀ ਪਰਿਵਾਰ। ਕਮਲ ਪਰਿਵਾਰ ਸਾਲ 2022 ਤੋਂ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ।
2022 ਵਿੱਚ ਰਾਕੇਸ਼ ਕਮਲ ਦੀ ਪਤਨੀ ਨੇ 1 ਤੋਂ 10 ਮਿਲੀਅਨ ਡਾਲਰ ਦੀਆਂ ਦੇਣਦਾਰੀਆਂ ਦੇ ਚੱਲਦੇ ਦੀਵਾਲੀਆ ਐਲਾਨਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਸਾਲ ਅਕਤੂਬਰ ਵਿੱਚ ਸਹੀ ਫਾਰਮ ਤੇ ਦਸਤਾਵੇਜ਼ ਨਾ ਹੋਣ ਕਰਕੇ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਸੀ। ਦੌਲਤ ਦੇ ਸਮਾਨ ਤੋਂ ਜਦੋਂ ਬੰਦਾ ਹੇਠਾਂ ਡਿੱਗਦਾ ਹੈ ਤਾਂ ਕਈ ਵਾਰ ਖੁਦ ਨੂੰ ਸੰਭਾਲ ਨਹੀਂ ਪਾਉਂਦਾ। ਇਹ ਮਾਮਲਾ ਕੁਝ ਉਸੇ ਤਰ੍ਹਾਂ ਦਾ ਹੈ। ਪੈਸਾ ਜ਼ਿੰਦਗੀ ਵਿੱਚ ਸਭ ਕੁਝ ਤਾਂ ਨਹੀਂ ਹੁੰਦਾ, ਪਰ ਬਹੁਤ ਕੁਝ ਹੁੰਦਾ ਹੈ ਤੇ ਉਸੇ ਦੀ ਉਦਾਹਰਣ ਹੈ ਇਹ ਘਟਨਾ। ਪਰਿਵਾਰ ਜ਼ਿੰਦਾ ਰਹਿੰਦਾ ਤਾਂ ਸ਼ਾਇਦ ਮੁਸ਼ਕਲ ਦਾ ਹੱਲ ਮਿਲ ਕੇ ਕੱਢ ਲੈਂਦਾ, ਪਰ ਪੈਸੇ ਦੀ ਇਸ ਇੱਕ ਖਾਸੀਅਤ ਹੈ ਕਿ ਜਦੋਂ ਇਹ ਜਾਂਦਾ ਹੈ ਤਾਂ ਆਪਣੇ ਨਾਲ ਘਰ ਦੀ ਸੁੱਖ ਸ਼ਾਂਤੀ ਲੈ ਕੇ ਚਲਾ ਜਾਂਦਾ ਹੈ।